ਸਾਰੇ ਭੈਣ ਭਰਾਵਾਂ ਨੂੰ, ਪੰਜਾਬੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਤੇ ਇਸ ਕ੍ਰਿਸਮਸ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹੈਗਾ ਆ ਇੱਕ ਸੁਨੇਹਾ ਜਿਹੜਾ ਪਰਮੇਸ਼ਰ ਮੇਰੇ ਦੇ ਵਿੱਚ ਪਾਇਆ ਆ, ਜਿਹਦਾ ਨਾਮ ਮੈਂ ਰੱਖਿਆ ਆ ਅਤਿ ਸੁੰਦਰ ਕਹਾਣੀ। ਇਹ ਕਹਾਣੀ ਬਹੁਤ ਹੀ ਜ਼ਿਆਦਾ ਸੁੰਦਰ ਆ। ਇਹ ਕਹਾਣੀ ਅਤਿ ਸੁੰਦਰ ਤਾਂ ਆ ਕਿਉਂਕਿ ਇਹ ਕਹਾਣੀ ਸਾਡੇ ਕਿਸੇ ਦਾਦੇ ਪੜਦਾਦੇ ਨੇ ਸਾਨੂੰ ਨਹੀਂ ਸੁਣਾਈ, ਇਹ ਕਹਾਣੀ ਕੋਈ ਦਾਦੀ ਨੇ ਸਾਨੂੰ ਨਹੀਂ ਸੁਣਾਈ, ਇਹ ਕਹਾਣੀ ਸਾਡੇ ਮੰਮੀ ਡੈਡੀ ਨੇ ਸਾਨੂੰ ਨਹੀਂ ਸੁਣਾਈ। ਇਹ ਕਹਾਣੀ ਅਤਿ ਸੁੰਦਰ ਪਰਮੇਸ਼ੁਰ ਦੇ ਦਿਲ ਵਿੱਚ ਜਨਮ ਲੈਂਦੀ ਆ। ਇਹ ਕਹਾਣੀ ਹੈ ਕਹਾਣੀ ਉਸ ਰੱਬ ਦੀ ਜਿਹੜਾ ਬੰਦਾ ਬਣ ਕੇ ਇਸ ਧਰਤੀ ਤੇ ਉਤਰਿਆ, ਇੱਕ ਕੁਵਾਰੀ ਤੋਂ ਜਨਮ ਲੈਂਦਾ ਆ ਸਾਰੀ ਦੁਨੀਆਂ ਨੂੰ ਬਚਾਉਣ ਦੇ ਵਾਸਤੇ। ਸਾਰਿਆਂ ਨੂੰ ਕ੍ਰਿਸਮਸ ਦੇ ਮੌਕੇ ਤੇ ਬਹੁਤ ਬਹੁਤ ਵਧਾਈਆਂ। ਅਤਿ ਸੁੰਦਰ ਕਹਾਣੀ, ਇਹ ਕਹਾਣੀ ਹੈ ਜਦੋਂ ਰੱਬ ਨੂੰ ਹੀ ਰਿਵੀਲ ਕਰਦਾ ਆ। ਇਹ ਕਹਾਣੀ ਦੇ ਵਿੱਚ ਰੱਬ ਖੁਦ ਇਨਸਾਨ ਬਣ ਕੇ ਧਰਤੀ ਤੇ ਆਉਂਦਾ ਆ ਰੱਬ ਨੂੰ ਰਿਵੀਲ ਕਰਨ ਦੇ ਵਾਸਤੇ, ਰੱਬ ਨੂੰ ਦਿਖਾਉਣ ਦੇ ਵਾਸਤੇ। ਇਸ ਕਹਾਣੀ ਦੇ ਵਿੱਚ ਪਰਮੇਸ਼ੁਰ ਦਾ ਪੁੱਤਰ ਇਨਸਾਨ ਦੀ ਸ਼ਕਲ ਧਾਰ ਲੈਂਦਾ ਆ ਪਰਮੇਸ਼ੁਰ ਪਿਤਾ ਨੂੰ ਦਿਖਾਉਣ ਦੇ ਵਾਸਤੇ। ਇਹ ਕਹਾਣੀ ਦੇ ਦੋ ਪਰਪਸ ਨੇ ਬਹੁਤ ਹੀ ਜ਼ਿਆਦਾ ਖਾਸ। ਪਹਿਲੇ ਨੰਬਰ 'ਤੇ ਇਹ ਕਹਾਣੀ ਰੱਬ ਨੂੰ ਰਿਵੀਲ ਕਰਦੀ ਆ, ਅਤੇ ਦੂਸਰੇ ਨੰਬਰ 'ਤੇ ਇਹ ਕਹਾਣੀ ਦੇ ਵਿੱਚ ਪਰਮੇਸ਼ੁਰ ਇਨਸਾਨ ਨੂੰ ਬਚਾਉਂਦਾ ਆ। ਇਹ ਕਹਾਣੀ ਉਹਦੇ ਪੁੱਤਰ ਦੀ ਆ ਜਿਹਦਾ ਨਾਮ ਇਮੈਨੂਅਲ ਰੱਖਿਆ ਗਿਆ ਆ, ਜਿਹਦਾ ਮਤਲਬ ਹੈ ਰੱਬ ਸਾਡੇ ਨਾਲ। ਇਹ ਕਹਾਣੀ ਪਰਮੇਸ਼ੁਰ ਦੀ ਫੇਵਰੇਟ ਕਹਾਣੀ ਆ। ਉਤਪਤੀ ਕਿਤਾਬ ਤੋਂ ਲੈ ਕੇ ਓਲਡ ਟੈਸਟਾਮੈਂਟ ਤੋਂ ਲੈ ਕੇ ਨਵੇਂ ਨੇਮ ਦੇ ਵਿੱਚ ਤੱਕ ਜਿੰਨੇ ਵੀ ਪੀਰ ਪੈਗੰਬਰ ਹੋਏ ਨੇ ਬਾਈਬਲ ਦੇ ਵਿੱਚ, ਜਿੰਨੇ ਵੀ ਗੁਰੂ ਹੋਏ ਨੇ ਬਾਈਬਲ ਦੇ ਵਿੱਚ, ਜਿੰਨੇ ਵੀ ਲੇਖਕ ਹੋਏ ਨੇ ਬਾਈਬਲ ਦੇ ਵਿੱਚ, ਉਹਨਾਂ ਸਾਰਿਆਂ ਨੇ ਇਹ ਕਹਾਣੀ ਮੁੜ ਮੁੜ ਕੇ ਰਿਪੀਟ ਕੀਤੀ ਹੈ। ਕਿਉਂ? ਕਿਉਂਕਿ ਇਹ ਕਹਾਣੀ ਪਰਮੇਸ਼ੁਰ ਦੀ ਸਭ ਤੋਂ ਜ਼ਿਆਦਾ ਫੇਵਰੇਟ ਕਹਾਣੀ ਹੈ। ਅਤੇ ਜੇ ਪਰਮੇਸ਼ੁਰ ਦੀ ਕਹਾਣੀ ਸਭ ਤੋਂ ਜ਼ਿਆਦਾ ਫੇਵਰੇਟ ਹੋ ਸਕਦੀ ਆ, ਸਾਡੀ ਵੀ ਸਭ ਤੋਂ ਜ਼ਿਆਦਾ ਫੇਵਰੇਟ ਇਹ ਕਹਾਣੀ ਹੈਗੀ ਹੈ। ਇਹ ਕਹਾਣੀ ਦੇ ਵਿੱਚ ਪਰਮੇਸ਼ੁਰ ਨੇ ਇੱਕ ਫਾਊਂਡੇਸ਼ਨ ਤਿਆਰ ਕੀਤੀ ਇਹ ਕਹਾਣੀ ਦੇ ਲਈ, ਅਤੇ ਪਰਮੇਸ਼ੁਰ ਨੇ ਇਹ ਕਹਾਣੀ ਨੂੰ ਪ੍ਰਜੈਂਟ ਕੀਤਾ ਜਦੋਂ ਆਪਣਾ ਪੁੱਤਰ ਭੇਜਦਾ ਆ। ਅਤੇ ਪਰਮੇਸ਼ੁਰ ਇਹ ਕਹਾਣੀ ਦੇ ਵਾਸਤੇ ਇੱਕ ਪਰਪਸ ਰੱਖਦਾ ਆ, ਅਤੇ ਉਹ ਪਰਪਸ ਹਮੇਸ਼ਾ ਹਮੇਸ਼ਾ ਵਾਸਤੇ ਹੁੰਦਾ। ਮੈਂ ਤੁਹਾਨੂੰ ਐਕਸਪਲੇਨ ਕਰਦਾ ਹਾਂ। ਬਚਨ ਕਹਿੰਦਾ ਆ ਕਿ ਪਰਮੇਸ਼ੁਰ ਨੇ ਦੁਨੀਆ ਅਤੇ ਸਵਰਗ ਤਿਆਰ ਕੀਤੇ, ਪਰਮੇਸ਼ੁਰ ਨੇ ਬੰਦੇ ਨੂੰ ਬਣਾਇਆ, ਪਰਮੇਸ਼ੁਰ ਨੇ ਸਾਰਾ ਪੁਰਾਣਾ ਨੇਮ ਲਿਖਿਆ। ਕਾਹਦੇ ਲਈ? ਇਸ ਕਹਾਣੀ ਦੇ ਵਾਸਤੇ, ਇੱਕ ਫਾਊਂਡੇਸ਼ਨ ਰੱਖਣ ਦੇ ਵਾਸਤੇ। ਕਹਾਣੀ ਜਨਮ ਲੈਂਦੀ ਆ ਪ੍ਰਭੂ ਯਸੂ ਮਸੀਹ ਦੇ ਥਾਈਂ, ਜਦੋਂ ਪ੍ਰਭੂ ਯਸੂ ਮਸੀਹ ਇੱਕ ਕੁਆਰੀ ਮਾਤਾ ਮਰੀਮ ਤੋਂ ਪੈਦਾ ਹੁੰਦੇ ਨੇ। ਪਰਪਸ ਕੀ ਆ? ਪਰਪਸ ਇਟਰਨਲ ਆ, ਹਮੇਸ਼ਾ ਹਮੇਸ਼ਾ ਲਈ ਆ। ਇਹ ਕਹਾਣੀ ਦੇ ਵਿਸ਼ਵਾਸੀ, ਜਿਹੜੇ ਕਹਾਣੀ 'ਚ ਵਿਸ਼ਵਾਸ ਕਰਦੇ ਨੇ, ਉਹ ਸਾਰੇ ਵਿਸ਼ਵਾਸੀ ਬਚਾਏ ਜਾਣਗੇ। ਅਤੇ ਪ੍ਰਭੂ ਯਸੂ ਮਸੀਹ ਦੀ ਦੁਲਹਨ, ਪ੍ਰਭੂ ਯਸੂ ਮਸੀਹ ਦੇ ਇਕਲਿਸੀਆ ਦਾ ਹਿੱਸਾ ਬਣ ਜਾਣਗੇ ਜਾਣਗੇ ਪ੍ਰਭੂ ਦੇ ਵੈਣੋ। ਇੱਕ ਐਸੀ ਕਹਾਣੀ ਆ ਜਿਸ ਕਹਾਣੀ ਦੇ ਵਿੱਚ ਤੁਸੀਂ ਇਸ ਕਹਾਣੀ ਦਾ ਹਿੱਸਾ ਬਣ ਸਕਦੇ ਹੋ। ਹਰ ਉਹ ਇਨਸਾਨ ਜਿਹੜਾ ਇਸ ਕਹਾਣੀ 'ਚ ਵਿਸ਼ਵਾਸ ਕਰਦਾ ਆ, ਜਾਂ ਇਸ ਕਹਾਣੀ ਨੂੰ ਲਿਖਣ ਵਾਲੇ ਲੇਖਕ 'ਚ ਵਿਸ਼ਵਾਸ ਕਰਦਾ ਆ, ਜੋ ਖੁਦ ਪ੍ਰਭੂ ਯਸੂ ਮਸੀਹ ਨੇ, ਖੁਦ ਰੱਬ ਹੈ, ਪਿਤਾ ਹੈ, ਪੁੱਤਰ ਹੈ, ਪਵਿੱਤਰ ਆਤਮਾ ਹੈ, ਰੱਬ ਨੇ ਖੁਦ ਇਹ ਕਹਾਣੀ ਲਿਖੀ ਤਿਆਰ ਕੀਤੀ, ਤੁਸੀਂ ਚਾਹੋ ਤਾਂ ਇਸ ਕਹਾਣੀ ਦਾ ਹਿੱਸਾ ਬਣ ਸਕਦੇ ਹੋ। ਕਿਸ ਤਰ੍ਹਾਂ? ਉਹਦੇ ਵਿੱਚ ਵਿਸ਼ਵਾਸ ਕਰਕੇ, ਉਹਦੇ ਪੁੱਤਰ 'ਚ ਵਿਸ਼ਵਾਸ ਕਰਕੇ। ਇਹ ਅਨੋਖੀ ਕਹਾਣੀ, ਇਹ ਸੁੰਦਰ ਕਹਾਣੀ ਪ੍ਰਭ ਤੇ ਭੈਣੋ ਇੰਨੀ ਸੁੰਦਰ ਹੈ ਕਿ ਜੋ ਤੁਸੀਂ ਕ੍ਰਿਸਮਸ ਮਨਾਉਣਾ ਚਾਹੁੰਦੇ ਹੋ, ਤੁਸੀਂ ਇਸ ਕ੍ਰਿਸਮਸ ਦਾ ਜਿਹੜਾ ਮੇਨ ਮਕਸਦ ਹੈ ਉਹ ਹੈ ਪ੍ਰਭੂ ਯਸੂ ਮਸੀਹ ਦੇ ਆਉਣ ਦਿਨ ਨੂੰ ਮਨਾਉਣਾ, ਉਹਦੇ ਜਨਮ ਦਿਨ ਨੂੰ ਮਨਾਉਣਾ। ਇਹ ਨਾ ਭੁੱਲ ਜਾਣਾ, ਇਹ ਨਾ ਹੋਵੇ ਕਿ ਤੁਸੀਂ ਲਾਈਟਾਂ ਹੀ ਇੰਜੋਏ ਕਰਦੇ ਰਹਿ ਜਾਓ, ਇਹ ਨਾ ਹੋਵੇ ਕਿ ਤੁਸੀਂ ਗਿਫਟ ਦਿੰਦੇ ਅਤੇ ਗਿਫਟ ਲੈਂਦੇ ਹੀ ਰਹਿ ਜਾਓ, ਅਤੇ ਜਿਹੜਾ ਮੇਨ ਮਕਸਦ ਹੈ ਇਸ ਕਹਾਣੀ ਦਾ ਤੁਸੀਂ ਉਹ ਭੁੱਲ ਜਾਓ। ਇੰਝ ਨਾ ਕਰੀਏ ਪ੍ਰਭੂ ਦੇ ਭੈਣ। ਬਾਈਬਲ ਕਹਿੰਦੇ ਆ, ਬਾਈਬਲ ਵਿੱਚ ਲਿਖਿਆ ਆ, ਜੇ ਦੇਖਿਆ ਜਾਵੇ ਵਚਨ ਨੂੰ, ਯੋਹੰਨਾ ਚੈਪਟਰ 1 ਵਰਸ 18 ਦੇ ਵਿੱਚ ਜ਼ਿਕਰ ਆਉਂਦਾ ਆ ਇਸ ਗੱਲ ਦਾ। ਲੇਕਿਨ ਕਿ ਰੱਬ ਇਨਸਾਨਾਂ ਨੂੰ ਵਿਜ਼ਿਟ ਕਰੇ ਕ੍ਰਿਸਮਸ 'ਤੇ,
ਪ੍ਰਭੂ ਤੇ ਮੈਨੂੰ ਜੇ ਇਹ ਗੱਲ ਇਦਾਂ ਆ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਦੁਨੀਆ ਦਾ ਸਭ ਤੋਂ ਇੰਪੋਰਟੈਂਟ, ਸਭ ਤੋਂ ਖਾਸ, ਸਭ ਤੋਂ ਅਨੋਖਾ, ਸਭ ਤੋਂ ਸੋਹਣਾ ਕੰਮ ਹੋਇਆ ਜੋ ਪਰਮੇਸ਼ੁਰ ਨੇ ਇਨਸਾਨ ਨੂੰ ਵਿਜ਼ਿਟ ਕੀਤਾ ਹੈ। ਵਾਕਈ ਇਹ ਕਹਾਣੀ ਬਹੁਤ ਸੁੰਦਰ ਕਹਾਣੀ ਹੈ, ਇਹ ਬਰਕਤ ਵਾਲੀ ਕਹਾਣੀ ਹੈ, ਇਹ ਉਹ ਕਹਾਣੀ ਆ ਜਿਹੜੀ ਸਵਰਗ ਦੇ ਦਰਵਾਜ਼ੇ ਖੋਲ੍ਹ ਦੇਵੇਗੀ ਤੁਹਾਡੇ ਵਾਸਤੇ, ਇਹ ਉਹ ਕਹਾਣੀ ਆ ਜਿਹੜੀ ਨਰਕ ਦੇ ਦਰਵਾਜ਼ੇ ਬੰਦ ਕਰ ਦੇਵੇਗੀ ਤੁਹਾਡੇ ਵਾਸਤੇ ਜੇ ਤੁਸੀਂ ਇਹਦੇ 'ਚ ਵਿਸ਼ਵਾਸ ਕਰੋਗੇ। ਇਹ ਉਹ ਕਹਾਣੀ ਆ ਜਿਸ ਕਹਾਣੀ ਦੇ ਜ਼ਰੀਏ ਸਾਰੇ ਸ਼ੈਤਾਨੀ ਕੰਮ ਤੁਹਾਡੀ ਜ਼ਿੰਦਗੀ 'ਚ ਤੋੜੇ ਜਾਣਗੇ। ਇੱਕ ਐਸੀ ਕਹਾਣੀ ਆ ਪ੍ਰਭੂ ਤੇ ਭੈਣੋ ਜਿਹੜੀ ਕਹਾਣੀ ਦੇ ਵਿੱਚ ਸ਼ਕਤੀ ਹੈ। ਜਿੰਨੀਆਂ ਵੀ ਕਹਾਣੀਆਂ ਆਪਾਂ ਪਹਿਲਾਂ ਸੁਣੀਆਂ ਨੇ ਆਪਣੇ ਦਾਦੇ ਪੜਦਾਦਿਆਂ ਤੋਂ, ਆਪਣੀਆਂ ਦਾਦੀਆਂ ਤੋਂ, ਆਪਣੀਆਂ ਨਾਨੀਆਂ ਤੋਂ, ਉਹ ਕਹਾਣੀਆਂ 'ਚ ਹੱਸ ਲੈਂਦੇ ਸੀਗੇ, ਰੋ ਲੈਂਦੇ ਸੀਗੇ। ਲੇਕਿਨ ਇੱਕ ਐਸੀ ਕਹਾਣੀ ਆ ਜਿਹਦੇ ਵਿੱਚ ਸਿਰਫ ਹੱਸਣਾ ਤੇ ਰੋਣਾ ਹੀ ਨਹੀਂ ਗਾ, ਜਿਹਦੇ ਵਿੱਚ ਸ਼ਕਤੀ ਹੈ। ਇਹ ਕਹਾਣੀ ਦੇ ਵਿੱਚ ਖੁਦ ਜ਼ਿੰਦਗੀ ਹੈ। ਇਹ ਕਹਾਣੀ ਤੁਹਾਨੂੰ ਚੰਗਾ ਕਰ ਸਕਦੀ ਆ, ਇਹ ਕਹਾਣੀ ਤੁਹਾਨੂੰ ਸ਼ਿਫਾ ਦੇ ਸਕਦੀ ਆ, ਇਹ ਕਹਾਣੀ ਬੰਧਨ ਤੋੜ ਸਕਦੀ ਆ, ਜੰਜੀਰਾਂ ਤੋੜ ਸਕਦੀ ਆ, ਸਵਰਗ ਖੋਲ ਸਕਦੀ ਆ, ਨਰਕ ਦੇ ਦਰਵਾਜ਼ੇ ਬੰਦ ਕਰ ਸਕਦੀ ਆ ਹਮੇਸ਼ਾ ਹਮੇਸ਼ਾ ਵਾਸਤੇ। ਇਹ ਕਹਾਣੀ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਇਹ ਕਹਾਣੀ ਸ਼ਕਤੀ ਹੈ ਕੱਲ, ਅੱਜ ਤੇ ਆਉਣ ਵਾਲੇ ਕੱਲ ਦੇ ਵਿੱਚ ਵੀ। ਇਹ ਕਹਾਣੀ ਕਦੇ ਬਦਲਦੀ ਨਹੀਂ ਗੀ ਪ੍ਰਭੂ ਤੇ ਭੈਣੋ, ਜਿਹੜੇ ਇਹਦੇ ਵਿੱਚ ਵਿਸ਼ਵਾਸ ਕਰਦੇ ਨੇ। ਇਹ ਕ੍ਰਿਸਮਿਸ ਮਨਾਉਂਦੇ ਨੇ, ਕ੍ਰਿਸਮਿਸ ਖਾਸ ਐਕਸਕਲੂਸਿਵ ਵਰਡ ਹੈ ਜਿਹੜਾ ਸਿਰਫ ਪ੍ਰਭੂ ਯਸੂ ਮਸੀਹ ਦੇ ਜਨਮ ਤੇ ਆਉਣ ਦਿਨ ਦੇ ਬਾਰੇ ਦੱਸਦਾ ਹੈ। ਹੋਰ ਕਿਸੇ ਵੀ ਕਲਚਰ ਦੇ ਵਿੱਚ ਕਿਸੇ ਦੇ ਜਨਮ ਨੂੰ ਕ੍ਰਿਸਮਿਸ ਨਹੀਂ ਕਿਹਾ ਜਾਂਦਾ, ਕਿਉਂਕਿ ਕ੍ਰਿਸਮਿਸ ਜਿਹੜਾ ਸ਼ਬਦ ਹੈ ਬਿਆਨ ਕਰਦਾ ਹੈ ਜਦੋਂ ਸਰਬ ਸ਼ਕਤੀਮਾਨ ਪਰਮੇਸ਼ਵਰ ਸਵਰਗ ਤੋਂ ਉਤਰਦਾ ਹੈ, ਬੰਦਾ ਬਣ ਕੇ ਕੁਆਰੀ ਮਾਤਾ ਮਰੀਮ ਤੋਂ ਕੁੱਖ ਤੋਂ ਪੈਦਾ ਹੁੰਦਾ ਆ। ਵਾਕਿਆ ਪ੍ਰਭੂ ਦੇ ਭੈਣੋ, ਇਹ ਕਹਾਣੀ ਅਤਿ ਸੁੰਦਰ ਕਹਾਣੀ ਹੈ। ਇਹ ਕਹਾਣੀ ਸ਼ਕਤੀ ਰੱਖਦੀ ਆ ਤੁਹਾਡੇ ਪਾਪ ਮਾਫ ਕਰਨ ਦੀ। ਇਹ ਕਹਾਣੀ ਦੇ ਵਿੱਚ ਦੋ ਖਾਸ ਪਰਸਨੈਲਿਟੀਜ਼ ਨੇ, ਇੱਕ ਰੱਬ, ਇੱਕ ਬੰਦਾ। ਇਹ ਕਹਾਣੀ ਪ੍ਰਭੂ ਦੇ ਭੈਣੋ ਬੜੀ ਬਰਕਤ ਵਾਲੀ ਕਹਾਣੀ ਹੈ। ਇੱਕ ਐਸੀ ਕਹਾਣੀ ਆ ਜਿਹੜੀ ਸ਼ਕਤੀ ਦੇ ਨਾਲ ਸੁਰਗ ਖੁੱਲ੍ਹ ਜਾਂਦੇ ਨੇ, ਜਿਹੜੀ ਸ਼ਕਤੀ ਦੇ ਨਾਲ ਕੁੱਖਾਂ ਖੁੱਲ੍ਹ ਜਾਂਦੀਆਂ ਨੇ, ਜਿਹੜੀ ਸ਼ਕਤੀ ਦੇ ਨਾਲ ਦਿਲ ਖੁੱਲ੍ਹ ਜਾਂਦੇ ਨੇ, ਜਿਹੜੀ ਸ਼ਕਤੀ ਦੇ ਨਾਲ ਅੱਖਾਂ ਖੁੱਲ੍ਹ ਜਾਂਦੀਆਂ ਨੇ, ਜਿਹੜੀ ਸ਼ਕਤੀ ਦੇ ਨਾਲ ਕੰਨ ਖੁੱਲ੍ਹ ਜਾਂਦੇ ਨੇ। ਇਹ ਖਾਸ ਜ਼ਬਰਦਸਤ ਕਹਾਣੀ ਆ ਜਿਹੜੀ ਸ਼ਕਤੀ ਦੇ ਨਾਲ ਪ੍ਰਭੂ ਤੇ ਭੈਣੋ ਮੁਰਦੇ ਵੀ ਜਿਉਂਦੇ ਹੋ ਜਾਂਦੇ ਨੇ, ਖਬਰਾਂ ਖੁੱਲ੍ਹ ਜਾਂਦੀਆਂ ਨੇ। ਇੱਕ ਐਸੀ ਕਹਾਣੀ ਆ ਜਿਹਦੇ ਨਾਲ ਹੈਕਲ ਦਾ ਪਰਦਾ ਖੁੱਲ੍ਹ ਗਿਆ ਸੀਗਾ, ਫਟ ਗਿਆ ਸੀਗਾ। ਇੱਕ ਐਸੀ ਕਹਾਣੀ ਆ ਕਿ ਇਸ ਕਹਾਣੀ ਨੂੰ ਲਿਖਣ ਵਾਲਾ ਜਿਹੜਾ ਆਥਰ ਹੈਗਾ ਆ, ਇੱਕ ਦਿਨ ਉਹਦਾ ਆਥਰ, ਉਹਦੇ ਆਥਰ ਦੀ ਆਵਾਜ਼ ਤੋਂ ਬਚਨ ਕਹਿੰਦਾ ਆ, ਉਹ ਸਾਰੇ ਜਿਹੜੇ ਇਸ ਕਹਾਣੀ 'ਚ ਵਿਸ਼ਵਾਸ ਕਰਦੇ ਨੇ, ਮੁਰਦੇ ਜਿਹੜੇ ਨੇ ਉਹ ਉੱਠ ਖੜਨਗੇ, ਖਬਰਾਂ ਖੁੱਲ੍ਹ ਜਾਣਗੀਆਂ, ਤੂਰੀ ਦੀ ਆਵਾਜ਼ ਸੁਣ ਕੇ ਆਪਾਂ ਅੱਖ ਦੇ ਝਮਕਦੇ ਬਦਲ ਜਾਵਾਂਗੇ ਤੇ ਚੱਕੇ ਜਾਵਾਂਗੇ ਦੁਨੀਆਂ ਤੋਂ, ਸੁਰਗ ਦੇ ਵਿੱਚ ਇਕੱਠੇ ਹੋਵਾਂਗੇ ਪਰਮੇਸ਼ਰ ਦੇ ਕੋਲ ਹਮੇਸ਼ਾ ਹਮੇਸ਼ਾ ਵਾਸਤੇ। ਪ੍ਰਭੂ ਤੇ ਭੈਣੋ ਇਹ ਕ੍ਰਿਸਮਸ ਹੈ, ਸ਼ੁਰੂ ਤੋਂ ਲੈ ਕੇ ਐਂਡ ਤੀਕਰ ਇਹ ਕ੍ਰਿਸਮਸ। ਪ੍ਰਭੂ ਤੇ ਭੈਣੋ ਇਹ ਸੁੰਦਰ, ਕਿੰਨੀ ਸੁੰਦਰ ਕਹਾਣੀ, ਤੇ ਇਸ ਕਹਾਣੀ ਦਾ ਆਥਰ ਵੀ ਬਹੁਤ ਸੁੰਦਰ ਹੈ, ਲੇਖਕ ਵੀ ਬਹੁਤ ਸੁੰਦਰ ਹੈ, ਜੋ ਹੈ ਖੁਦ ਯਿਸੂ ਮਸੀਹ। ਉਹ ਗੀਤ ਆਪਾਂ ਨੂੰ ਹਮੇਸ਼ਾ ਚੇਤੇ ਹੀ ਹੋਏਗਾ, ਸੁੰਦਰ ਮੇਰਾ ਯਿਸੂ ਸੁੰਦਰ ਹੈ, ਸੁੰਦਰ ਹੈ। ਕੱਲ ਖਰਾਬ ਅੱਜ ਗਾ ਨਹੀਂ ਸਕਦਾ ਚੰਗੀ ਤਰ੍ਹਾਂ, ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪ੍ਰਭੂ ਦੇ ਭੈਣੋ, ਇਹਦਾ ਲੇਖਕ ਵੀ ਸੁੰਦਰ ਹੈ, ਅਤੇ ਇਹ ਲੇਖਕ ਜਿਹੜੇ ਵਿਸ਼ਵਾਸ ਕਰਦੇ ਨੇ ਇਸ ਕਹਾਣੀ 'ਚ, ਉਹਨਾਂ ਦੇ ਵਾਸਤੇ ਇੱਕ ਦੋਸਤ ਬਣ ਜਾਂਦਾ ਹੈ। ਯਿਸੂ ਮਸੀਹ ਇੱਕ ਐਸਾ ਦੋਸਤ ਬਣ ਜਾਂਦਾ ਆ ਜਿਹੜਾ ਤੁਹਾਡੇ ਲਈ ਚਾਨਣ ਅਤੇ ਤੁਹਾਡੇ ਲਈ ਛਾਂ ਬਣਦਾ ਆ, ਬਣ ਕੇ ਰਹਿੰਦਾ ਆ। ਚਾਨਣ ਤਾਂ ਕਿਉਂਕਿ ਤੁਹਾਡੀਆਂ ਗਲਤੀਆਂ ਨੂੰ ਕਰੈਕਟ ਕਰਦਾ ਆ, ਛਾਂ ਤਾਂ ਤੁਹਾਡੀ ਛਾਇਆ ਜਿਹੜੀ ਤੁਹਾਨੂੰ ਕਦੇ ਛੱਡਦੀ ਨਹੀਂ ਗੀ। ਬੰਦੇ ਦਾ ਛਾਇਆ ਜਿਹੜੇ ਕਦੇ ਬੰਦੇ ਨੂੰ ਛੱਡਦਾ ਨਹੀਂ ਆ, ਪ੍ਰਭੂ ਯਿਸੂ ਮਸੀਹ ਹਮੇਸ਼ਾ ਆਪਣੇ ਨਾਲ ਰਹਿੰਦਾ ਆ, ਹਮੇਸ਼ਾ ਹਮੇਸ਼ਾ ਸਾਨੂੰ ਕੁਰੈਕਟ ਕਰਦਾ ਆ, ਸਾਨੂੰ ਆਪਣਾ ਨਾਲ ਰੱਖਦਾ ਆ। ਪ੍ਰਭੂ ਦੇ ਭੈਣੋ ਕ੍ਰਿਸਮਸ ਇੰਜੋਏ ਕਰੋ, ਤੁਸੀਂ ਕ੍ਰਿਸਮਸ ਮਨਾਵੋ, ਲੇਕਿਨ ਪ੍ਰਭੂ ਦਿਲੋਂ ਮਨਾਵੋ, ਪ੍ਰਭੂ ਯਿਸੂ 'ਚ ਧਿਆਨ ਰੱਖ ਕੇ ਮਨਾਵੋ, ਉਹਨੂੰ ਸਾਰੀ ਮਹਿਮਾ ਦੇਵੋ, ਉਹਨੂੰ ਸਾਰਾ ਜਲਾਲ ਦੇਵੋ, ਉਹਨੂੰ ਸਾਰੀ ਵਡਿਆਈ ਦੇਵੋ। ਯਾਦ ਰੱਖੋ ਕਿ ਇਹ ਕਹਾਣੀ ਸੁਪਰ ਨੈਚੁਰਲ ਸ਼ਕਤੀ ਰੱਖਦੀ ਹੈ, ਇਹ ਕਹਾਣੀ ਦੇ ਵਿੱਚ ਤਾਕਤ ਹੈ ਬੰਦਿਆਂ ਦੇ ਜੀਵਨਾਂ ਨੂੰ ਬਦਲਣ ਦੀ, ਬੰਦਿਆਂ ਦੇ ਦਿਲਾਂ ਨੂੰ ਬਦਲਣ ਦੀ। ਇਹਨੂੰ ਕਹਿੰਦੇ ਨੇ ਕ੍ਰਿਸਮਸ। ਇਹ ਬਹੁਤ ਵੱਡੀ ਬਰਕਤ ਵਾਲੀ ਕਹਾਣੀ ਹੈ। ਪਤਾ ਨਹੀਂ ਕਿੰਨੀਆਂ ਹਜ਼ਾਰਾਂ ਦੀਆਂ ਹਜ਼ਾਰਾਂ ਕਿਤਾਬਾਂ ਇਸ ਕਹਾਣੀ ਦੇ ਉੱਤੇ, ਬਾਈਬਲ ਦੇ ਉੱਤੇ ਲਿਖੀਆਂ ਗਈਆਂ ਨੇ। ਸਵਾਲ ਪੁੱਛਦਾ ਮੈਂ ਤੁਹਾਨੂੰ ਅੱਜ, ਇੱਕ ਪਰਮੇਸ਼ੁਰ ਦੇ ਸਵਰੂਪ ਦੇ ਵਿੱਚ ਕਿਸ ਨੂੰ ਬਣਾਇਆ ਗਿਆ? ਕਿ ਰੱਬ ਦੇ ਦੂਤਾਂ ਨੂੰ ਪਰਮੇਸ਼ੁਰ ਦੇ ਸਵਰੂਪ 'ਚ ਬਣਾਇਆ ਗਿਆ? ਨਹੀਂ, ਪਰਮੇਸ਼ੁਰ ਦਾ ਵਚਨ ਕਹਿੰਦਾ ਆ ਸਿਰਫ ਇਨਸਾਨ ਨੂੰ,
ਆਦਮੀ ਨੂੰ ਪਰਮੇਸ਼ਰ ਨੇ ਆਪਣੇ ਸਵਰੂਪ ਚ ਬਣਾਇਆ। ਕਾਹਤੋਂ ਬਣਾਇਆ ਸੀ ਪ੍ਰਭੂ ਤੇ ਭੈਣੋ? ਆਦਮੀ ਨੂੰ ਪਰਮੇਸ਼ਰ ਨੇ ਆਪਣੇ ਸਵਰੂਪ ਚ ਤਾਂ ਬਣਾਇਆ ਸੀ ਕਿਉਂਕਿ ਪਰਮੇਸ਼ਰ ਨੂੰ ਪਤਾ ਸੀ ਕਿ ਇੱਕ ਦਿਨ ਉਹਦੇ ਪੁੱਤਰ ਪ੍ਰਭੂ ਯਸੂ ਮਸੀਹ ਨੇ ਸਵਰਗ ਤੋਂ ਉਤਰ ਕੇ ਆ ਕੇ ਆਦਮੀ ਦੇ ਵਿੱਚ ਜਨਮ ਲੈਣਾ ਹੈ। ਜੇ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਵਰੂਪ ਚ ਨਾ ਬਣਾਇਆ ਹੁੰਦਾ, ਉਹਦਾ ਪੁੱਤਰ ਪ੍ਰਭੂ ਯਸੂ ਮਸੀਹ ਕਿਸੇ ਵੀ ਹਾਲਤ ਵਿੱਚ ਆਪਣੇ ਵਰਗਾ ਜਨਮ ਨਹੀਂ ਲੈ ਸਕਦਾ ਸੀਗਾ। ਬਚਨ ਕਹਿੰਦਾ ਆ ਕਿ ਪਰਮੇਸ਼ਵਰ ਨੇ ਦੂਤਾਂ ਨੂੰ ਨਹੀਂ ਬਚਾਇਆ, ਦੂਤਾਂ ਦੇ ਵਿੱਚ ਜਨਮ ਨਹੀਂ ਲਿਆ, ਪ੍ਰਭੂ ਯਸੂ ਮਸੀਹ ਕਦੇ ਦੂਤ ਨਹੀਂ ਬਣੇ। ਕਿਉਂ? ਕਿਉਂਕਿ ਦੂਤ ਜਿਹੜੇ ਨੇ ਉਹ ਪਰਮੇਸ਼ਵਰ ਦੇ ਸਰੂਪ ਚ ਨਹੀਂ ਬਣਾਏ ਗਏ। ਪਰਮੇਸ਼ਵਰ ਦੂਤਾਂ ਦੇ ਵਿੱਚ ਉਸ ਤਰ੍ਹਾਂ ਦਾ ਜਨਮ ਨਹੀਂ ਲੈ ਸਕਦਾ ਜਿਸ ਤਰ੍ਹਾਂ ਮਾਤਾ ਮਰੀਮ ਦੇ ਕੁੱਖ ਦੇ ਵਿੱਚ ਉਹਨੇ ਬੰਦੇ ਦਾ ਰੂਪ ਧਾਰ ਲਿਆ। ਪ੍ਰਭੂ ਦੇ ਭੈਣੋ, ਇਹੀ ਕ੍ਰਿਸਮਸ ਹੈ। ਕਿੰਨੀ ਵੱਡੀ ਬਰਕਤ ਹੈ ਪ੍ਰਭੂ ਦੇ ਭੈਣੋ! ਪਰਮੇਸ਼ਵਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਬਰਕਤ ਦੇਵੇ ਇਸ ਕ੍ਰਿਸਮਸ ਦੇ ਮੌਕੇ। ਮੇਰੇ ਵੱਲੋਂ ਆਦਾ ਵੱਲੋਂ ਸਾਰਿਆਂ ਨੂੰ ਵਧਾਈਆਂ ਕ੍ਰਿਸਮਸ ਦੀਆਂ। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ, ਖੁਸ਼ੀਆਂ ਮਨਾਵੋ, ਪ੍ਰਭੂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਬਣਾਈ ਰੱਖੋ। ਆਮੇਨ।